ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਮੈਂ ਬਹੁਤ ਵਧੀਆ, ਤੁਸੀਂ ਕਿਵੇਂ ਹੋ? ਬਹੁਤ ਕਾਇਮ ਜੀ। ਮੈਂ ਸੋਚਿਆ ਤੁਸੀਂ ਘਰੇ ਤਾਂ ਮਿਲਣਾ ਨਹੀਂ, ਇੱਥੇ ਫੜ ਲਏ ਤੁਹਾਨੂੰ। ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਕੀਤਾ। ਮੈਂ ਤੁਹਾਡੇ ਲਈ ਖੁਸ਼। ਮੇਰੇ ਵੱਲੋਂ ਬੱਲੇ ਬੱਲੇ ਜਾਣ ਨੂੰ ਲੱਖ ਲੱਖ ਵਧਾਈ ਮੇਰੀ ਪਹਿਲੀ। ਥੈਂਕ ਯੂ ਸੋ ਮੱਚ ਲਿਆਣਾ ਨਾਲ। ਸੋ ਥੈਂਕ ਯੂ ਸੋ ਮੱਚ ਫੋਰ ਕਮਿੰਗ। ਥੈਂਕ ਯੂ ਸੋ ਮੱਚ। ਅਪਾਰਟ ਫਰੋਮ ਬੀਇੰਗ ਅ ਸਿੰਗਰ, ਮੈਂ ਦੱਸਣਾ ਚਾਹੁੰਦਾ ਕਿ ਆਈ ਐਮ ਬਿਜ਼ਨਸਮੈਨ ਐਸ ਵੈਲ। ਸੋ ਮੇਰੇ ਪਾਰਟਨਰ ਹੈ ਮਿਸਟਰ ਨੌਨਿਹਾਲ ਜੀ, ਤੇ ਅਸੀਂ ਇੰਡਸਟ੍ਰੀਜ਼ ਦੀ ਸਲੋਨ ਦੀ ਚੇਨ ਹੈ ਸਾਡੀ। ਹਾਂਜੀ। ਤੇ ਅੱਜ ਤੁਹਾਨੂੰ ਅਸੀਂ ਆਪਣੇ ਸਲੋਨ ਦੇ ਦਰਸ਼ਨ ਕਰਾਉਣੇ ਆ। ਸੋ ਵੀ ਸਟਾਰਟ ਫਰੋਮ ਦ ਰਿਸੈਪਸ਼ਨ। ਹਾਈ, ਹਾਊ ਆਰ ਯੂ? ਵਧੀਆ। ਮੇਰੀ ਤਾਰੀਫ ਕਰੋਗੇ? ਵਧੀਆ। ਚਲੋ। ਸੋ ਹਾਂਜੀ, ਕਿੱਥੇ ਚੱਲ ਰਹੇ ਆਪਾਂ ਪਹਿਲਾਂ? ਆ ਜਾਓ ਆਪਾਂ ਫਲੋਰ ਤੇ ਚੱਲਦੇ ਪਹਿਲਾਂ। ਯਾ ਪਹਿਲਾਂ ਤਾਂ ਮੈਂ ਕਲਾਇੰਟਸ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਡਿਸਟਰਬ ਕਰ ਰਹੇ ਨੇ। ਥੈਂਕ ਯੂ ਸੋ ਮੱਚ। ਥੈਂਕ ਯੂ ਮੈਮ, ਥੈਂਕ ਯੂ ਸੋ ਮੱਚ। ਅਲਫਾਜ਼, ਤੁਹਾਡੀ ਲਾਈਕ ਡੇਲੀ ਰੂਟੀਨ ਕੀ ਹੈ? ਰੋਜ਼ ਇੱਥੇ ਹੀ ਆਉਂਦੇ ਹੋ? ਹਾਂਜੀ, ਮੈਂ ਇੱਥੇ ਆਉਂਦਾ ਰੋਜ਼, ਅਤੇ ਜਿਵੇਂ ਸਟਾਈਲਿੰਗ ਮੈਂ ਇੱਥੋਂ ਹੀ ਕਰਾਉਣੀ ਜਾ ਕੇ ਜਾਂਦਾ। ਮੈਂ ਕਿਤੇ ਵੀ ਜਿਮ ਵੀ ਜਾਣਾ ਜਾਂ ਸਲੋਨ ਜਾਣਾ ਅਤੇ ਸੋਰੀ ਕੰਮ 'ਤੇ ਜਾਣਾ, ਮੀਟਿੰਗ 'ਤੇ ਜਾਣਾ, ਕਿਉਂਕਿ ਸਟਾਈਲਿੰਗ ਕਰਾ ਕੇ ਰੱਖਣੀ ਪੈਂਦੀ। ਕਦੀ ਵੀ ਤੁਹਾਨੂੰ ਸੈਲਫੀ ਕਰਾਉਣੀ ਪੈਸੇ ਜਿਮ 'ਤੇ ਨਹੀਂ ਕਰਾਉਣੀ ਪੈਸੇ। ਹਾਂਜੀ ਹਾਂਜੀ, ਵੈਸੇ ਨਾ ਮੈਂ ਇਹ ਬਹੁਤ ਲਾਈਕ ਫਸਟ ਟਾਈਮ ਸੁਣਿਆ ਕਿ ਕੋਈ ਜਿਮ ਵੀ ਲਾਈਕ ਯੂ ਨੋ ਸਟਾਈਲਿੰਗ ਕਰਾ ਕੇ ਜਾਂਦਾ। ਜਾਣਾ ਪੈਂਦਾ ਜੀ, ਜਿੰਨੇ ਕਿ ਕਿਸੇ ਵੀ ਸੈਲੀਬ੍ਰਿਟੀ ਨੂੰ ਪੁੱਛੋਗੇ, ਕਿਉਂਕਿ ਫਿਰ ਉਹ ਲੋਕ ਕੰਪੇਅਰ ਕਰਨ ਲੱਗ ਜਾਂਦੇ, ਯਾਰ ਉੱਦਾਂ ਟੀ ਵੀ 'ਤੇ ਤਾਂ ਸੋਹਣਾ ਲੱਗਦਾ, ਉੱਦਾਂ ਰੁਲਿਆ ਜਾਈਏ। ਓਕੇ, ਸੋ ਇਟਸ ਲਾਈਕ ਦੈਟ। ਤੇ ਲਾਈਕ ਤੁਹਾਨੂੰ ਹਮੇਸ਼ਾ ਯੂ ਨੋ ਸਟਾਈਲ ਲਾਈਕ ਕੈਰੀ ਕਰਕੇ ਚੱਲਣਾ? ਹਾਂਜੀ ਹਾਂਜੀ। ਓਕੇ, ਅਤੇ ਇੱਥੇ ਕੀ ਕੀ ਕੁਛ ਹੁੰਦਾ? ਮੈਨੇ ਇੱਕ ਲਾਈਕ ਮੈਨੂੰ ਇੱਕ ਨਿਊਜ਼ ਪਤਾ ਚੱਲੀ ਹੈ ਕਿ ਤੁਸੀਂ ਵੀ, ਤੁਹਾਡੇ ਕੋਲ ਇੱਕ ਟੈਲੈਂਟ ਹੈਗਾ ਨਾ ਸਲੂਨ 'ਚ ਆਈ ਹੈ, ਤਾਂ ਤੁਸੀਂ ਫਿਰ ਕੁਛ ਦਿਖਾਓਗੇ? ਹਾਂ, ਦਿਖਾ ਸਕਦਾ ਜੀ, ਮੈਂ ਹੇਅਰ ਕੱਟ ਕਰ ਸਕਦਾ। ਯਾ ਯਾ, ਵੈਰੀ ਨਾਈਸ। ਮੈਂ 3 ਮਹੀਨੇ ਦਾ ਕੋਰਸ ਕੀਤਾ ਸੀ ਜੋ ਮੈਂ ਆਵਜ਼ਨ ਕਾਲਜ, ਤੇ ਉਦੋਂ ਐਵੇਂ ਘਰਦੇ ਨੇ ਕਿਹਾ ਵੀ ਬਾਹਰ ਬੁਹਰ ਜਾਣਾ, ਕੁਛ ਆਇਆ ਜਾਂ ਟੈਕਨੀਕਲ ਜਾਂ ਸਿੱਖ ਲਾ। ਹਾਂਜੀ ਹਾਂਜੀ, ਇਹ ਗੱਲ ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੋਣੀ ਹੈ ਹੁਣ ਤੱਕ, ਹੈ ਨਾ, ਤੁਹਾਡੇ ਬਾਰੇ? ਬਹੁਤ ਹੀ ਘੱਟ ਲੋਕਾਂ ਨੂੰ, ਆਈ ਗੈਸ। ਤੇ ਚਲੋ, ਲੈਟਸ ਸਟਾਰਟ, ਕਰੀਏ ਕੁਛ। ਯਾ ਯਾ, ਸ਼ੋਰ। ਕੌਣ ਕਿਹਨੂੰ ਸ਼ਹੀਦ ਕਰੀਏ? ਆ ਜਿਹੜਾ ਆ ਬੰਦਾ ਜੀ, ਜੈਜ਼ ਹੈ। ਹਾਏ ਜੈਜ਼। ਇਹ ਬੰਦਾ ਮੈਨੂੰ ਸ਼ਹੀਦ ਕਰਦਾ, ਇਹ ਦਾੜੀ ਵਾਲ ਸਭ ਕੁਝ ਮੇਰੇ ਕੱਟਦਾ ਬਾਈ, ਤੇ ਅੱਜ ਮੈਂ ਵੀ ਸ਼ਹੀਦ ਕਰ ਦਿੰਦਾ ਫਿਰ। ਚਲੋ, ਅੱਜ ਇਹਨਾਂ ਦੇ ਐਕਸਪੈਰੀਮੈਂਟ ਕੀਤਾ ਜਾਵੇ। ਮੈਂ ਦਿੰਦਾ, ਆ ਜਾ ਹੁਣ ਇੱਕ ਦਿਨ ਲਈ। ਆ ਬਾਈ ਅਲਫਾਜ਼ ਹੈ ਤੇ ਮੈਂ ਜੈਜ਼ ਹੈ, ਤੇ ਹੁਣ ਰੱਬ ਰੱਖਿਆ ਵੀ ਮੈਨੂੰ ਸੱਚੋਂ ਲੱਗੇ, ਮੈਂ 6 ਸਾਲ ਹੋ ਗਏ ਕਿਤੇ ਹੱਥ ਨਹੀਂ ਲਾਇਆ। ਓਕੇ, ਚਲੋ। ਮੈਂ ਇੱਕ ਵਾਰ, ਤੁਸੀਂ ਕਦੀ ਵੀ ਨਿੰਜੇ ਨੂੰ ਮਿਲਿਓ ਜਾਂ ਇੰਟਰਵਿਊ ਕੀਤਾ, ਨਿੰਜੇ ਨੂੰ ਪੁੱਛਿਓ, ਉਹਦਾ ਫਸਟ ਹੇਅਰ ਕੱਟ, ਉਹਦੇ ਲੰਬੇ ਲੰਬੇ ਵਾਲ ਹੁੰਦੇ ਸੀਗੇ। ਇਸ ਟੂ ਸਟੇਟ ਮਾਈ ਪਲੇਸ, ਜਦੋਂ ਪੱਲੀ ਔਰ ਹੇਅਰ ਕੱਟ ਉਦੋਂ ਮੈਂ ਆਪਣੇ ਹੱਥੀਂ ਕੀਤਾ ਸੀਗਾ। ਕੀ ਬਾਤ ਹੈ, ਕੋਈ ਨਾ, ਅਸੀਂ ਉਹਨਾਂ ਨੂੰ ਵੀ ਮਿਲਾਂਗੇ ਕਿ ਪੁੱਛਾਂਗੇ ਉਹਨਾਂ ਨੂੰ ਵੀ। ਉਹ ਕਿਤੋਂ ਪੁੱਠੀ ਖੋਲੇ? ਯੇ ਅਲਫਾਜ਼ ਚੀਪੀ ਕਿੱਥੇ ਲੱਗਦੀ ਬਈ? ਥੋੜਾ ਅਸਿਸਟ ਕਰ ਦੋ ਇਹਨਾਂ ਨੂੰ। ਇਹ ਬਹੁਤ ਇੰਟਰਸਟਿੰਗ ਲੱਗ ਰਿਹਾ ਮੈਨੂੰ ਦੇਖਣ 'ਚ। ਇਹ ਤਾਂ ਆਡੀਅੰਸ ਹੀ ਦੱਸੂਗੀ। ਤੁਹਾਨੂੰ ਗਾਉਂਦੇ ਦੇਖਿਆ, ਲਿਖਦੇ ਦੇਖਿਆ, ਬਟ ਇਹ ਤਾਂ ਲਾਈਕ ਯੂ ਨੋ, ਪਰ ਮੈਂ ਕਰ ਸਕਦਾ ਜੀ, ਕਾਫੀ ਇੰਡਰ, ਮੈਂ ਕੁੱਕ ਬਹੁਤ ਵਧੀਆ। ਹਾਂ, ਵੈਰੀ ਨਾਈਸ। ਤੇ ਗੱਲਾਂ ਕਰਦੇ ਕਰਦੇ ਵੀ ਕਰ ਸਕਦੇ ਹੋ? ਹਾਂਜੀ, ਗੱਲਾਂ ਕਰਦੇ ਕਰਦੇ ਵੀ ਕਰ ਸਕਦੇ। ਓਕੇ, ਅਲਫਾਜ਼ ਜੋ ਮਿਸ ਹਨੀ ਸਿੰਘ। ਹਾਂਜੀ ਬਿਲਕੁਲ ਜੀ, ਮਿਸ ਮਤਲਬ ਇੱਦਾਂ, ਜੇ ਗੱਲ ਨਾ ਹੁੰਦੀ ਹੋਵੇ ਤਾਂ ਤਾਂ ਬੰਦਾ ਮਿਸ ਕਰੇ, ਜੋ ਮਿਸ ਕਰੀ ਦਾ ਫਿਰ ਦਿੱਲੀ ਜਾ ਵੜੀ ਦਾ ਉਹਨਾਂ ਕੋਲ। ਓਕੇ, ਕੱਲ੍ਹ ਰਾਤੀ ਰੀਸੈਂਟ ਗੱਲ ਹੋਈ ਸੀ ਮੇਰੀ, ਲਾਈਕ ਕਿ ਵੀ ਮੈਂ ਆਉਣਾ ਦਿੱਲੀ, ਤੁਸੀਂ ਫ੍ਰੀ ਰਹੋ, ਸਿੱਧਾ ਕੁਛ ਨਹੀਂ। ਹਾਂਜੀ, ਉਦਾਂ ਮੈਂ ਵੈਸੇ ਆਡੀਅੰਸ ਨੂੰ ਦੱਸਣਾ ਚਾਹੁੰਦਾ, ਇਜ਼ ਪਰਫੈਕਟਲੀ ਫਾਈਨ, ਬਿਲਕੁਲ ਫਿੱਟ ਨੇ, ਐਲਬਮ 'ਤੇ ਕੰਮ ਕਰ ਰਿਹਾ ਆਪਣਾ, ਇੰਟਰਨੈਸ਼ਨਲ ਵਰਜ਼ਨ 2 'ਤੇ ਹੁਣ ਨੈਕਸਟ ਸ਼ੂਟ ਕਰਨ ਲਈ ਆਪਣਾ ਪਹਿਲਾ ਗਾਣਾ, ਗਾਣੇ ਦਾ ਨਾਮ ਅਫੀਸ਼ਲੀ ਪਹਿਲੀ ਵਾਰ ਦੱਸ ਰਹੇ ਹਾਂ। ਗ੍ਰੇਟ, ਇੰਟਰਸਟਿੰਗ ਨਿਊਜ਼, ਅਤੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਉਹ ਛੇਤੀ ਆਉਣ ਅਤੇ ਕਮਬੈਕ ਕਰਨ। ਉਹਨਾਂ ਨਾਲ ਤੁਹਾਡਾ ਕੋਈ ਹੈਪੀਐਸਟ ਮੂਮੈਂਟ ਜਾਂ ਕੋਈ ਐਵੇਂ ਦੀ ਗੱਲ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਰਹਿੰਦੀ ਹੈ? ਹੈਪੀਐਸਟ ਮੂਮੈਂਟ ਇੱਕ ਫਨੀ ਮੂਮੈਂਟ ਸੀਗਾ ਜੀ ਸਾਡਾ, ਅਸੀਂ ਸਾਡਾ ਸ਼ੋਅ ਸੀਗਾ ਉਹਦੇ, ਹਾਂਜੀ, ਅਤੇ ਅਸੀਂ ਬੰਬੇ ਤੋਂ ਫਲਾਈਟ ਲੈਣੀ ਸੀ, ਅਸੀਂ ਲੇਟ ਹੋ ਗਏ, ਹਾਂਜੀ, ਅਤੇ ਫਲਾਈਟ ਲੈਣ ਲਈ, ਅਤੇ ਉਹਨਾਂ ਨੇ ਮਨਾ ਕਰਤਾ ਵੀ ਤੁਸੀਂ 2 ਜਣੇ ਜਾ ਸਕਦੇ ਹੋ ਸ਼ੋਅ ਲਈ, ਅਤੇ ਸੋਰੀ ਫਲਾਈਟ 'ਤੇ ਬੋਰਡ, ਕਿਉਂਕਿ ਫਲਾਈਟ ਆਲਰੇਡੀ ਓਵਰ ਬੁੱਕਡ ਸੀ, ਹਾਂਜੀ,
ਤੇ ਉਸ ਤੋਂ ਬਾਅਦ ਫਿਰ ਥਾਣਾ ਸਾਡੇ ਕੋਲ ਲੱਗੇ ਸੀ ਨਾ ਕੁਝ ਸੀਗਾ ਸੀ ਉਦਾਂ ਹੀ ਹੋਟਲ ਵਾਲੇ ਸਲੀਪਰ ਸੀਗੇ ਜਿਹੜੇ ਚਿੱਟੇ ਜਿਹੇ ਹੁੰਦੇ ਓਕੇ ਉਹਨਾਂ 'ਚ ਅਸੀਂ ਫਲਾਈਟ ਕੀਤਾ ਉੱਥੇ ਲੈਂਡ ਕੀਤੇ ਫਿਰ ਲੈਂਡ ਕਰਕੇ ਕਹਿੰਦੇ ਵੀ ਤੁਹਾਨੂੰ ਸ਼ੋਅ ਕਰਨਾ ਸਾਡੇ ਕੱਪੜੇ ਹੈ ਨਹੀਂ ਸੀ ਫਿਰ ਅਸੀਂ ਉੱਥੇ ਜਿਹੜੇ ਕੱਪੜੇ ਪਾ ਕੇ ਗਏ ਸੀ ਏਅਰਪੋਰਟ 'ਤੇ ਉਹਨਾਂ ਕੱਪੜਿਆਂ 'ਚ ਪਰਫੋਰਮ ਕੀਤਾ ਦੈਨ ਪੀਪਲ ਥਾਟ ਕਿ ਬੜੇ ਡਾਊਨ ਟੂ ਅਰਥ ਬੰਦੇ ਚੱਪਲਾਂ ਪਾ ਕੇ ਸਟੇਜ 'ਤੇ ਆ ਗਏ ਨਾ ਸੋ ਇਟ ਵਾਸ ਲਾਈਕ ਕਿ ਡਾਊਨ ਟੂ ਅਰਥ ਨਹੀਂ ਸੀਗੇ ਅਸੀਂ ਚੁੱਕ ਰਹੇ ਹਾਂ ਬਟ ਸਾਡੀ ਮਜਬੂਰੀ ਸੀ ਉਸ ਟਾਈਮ ਓਕੇ ਅਲਫਾਜ਼ ਤੁਹਾਡਾ ਨਾਂ ਥੋੜਾ ਜਿਹਾ ਕੁਆਈਟ ਡਿਫਰੈਂਟ ਹੈ ਵਾਲ ਕੱਟਣੇ ਭੁੱਲ ਜਾਣਾ ਤੁਸੀਂ ਗੱਲਾਂ ਬਹੁਤ ਮਾਰਦੇ ਹੋ ਓਕੇ ਓਕੇ ਗੱਲਾਂ ਤਾਂ ਅਸੀਂ ਕਰਦੇ ਹੀ ਰਹਿਣਾ ਤੇ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰੂੰਗੀ ਆਵਾਜ਼ ਵੀ ਬਹੁਤ ਗੱਲਾਂ ਮਾਰਦੇ ਮੇਰੀ ਦਾੜੀ ਕੱਟ ਦਿੰਦਾ ਗਲਤ ਮੈਂ ਤੇ ਫਿਰ ਓਕੇ ਚਲੋ ਦੇਖਦੇ ਹਾਂ ਤੁਸੀਂ ਕੀ ਕਰਦੇ ਹੋ ਹੁਣ ਇਹਨਾਂ ਨਾਲ ਰੈਡੀ ਹੋ ਜਾਓ ਹੁਣ ਜੈਜ਼ ਨਏ ਹੇਅਰ ਕੱਟ ਲਈ ਤੁਹਾਡੀ ਨਿਊ ਲੁੱਕ ਬਾਏ ਅਲਫਾਜ਼ ਅਲਫਾਜ਼ ਤੁਹਾਡੇ ਨਾਂ ਦਾ ਕੀ ਮਤਲਬ ਮੀਨਿੰਗ ਆ ਅਲਫਾਜ਼ ਦਾ ਮਤਲਬ ਹੈ ਜੀ ਸ਼ਬਦ ਅੱਖਰ ਲਫ਼ਜ਼ ਓਕੇ ਤੇ ਤੁਸੀਂ ਕਿਵੇਂ ਮਤਲਬ ਸੋਚਿਆ ਵੀ ਅਲਫਾਜ਼ ਹੀ ਰੱਖਣਾ ਮੈਂ ਕੁਝ ਹੋਰ ਨਹੀਂ ਰੱਖਣਾ ਮੈਂ ਜੋ ਲਿਖਦਾ ਸੀਗਾ ਤੇ ਮੈਨੂੰ ਲੱਗ ਜੋ ਮੈਂ ਮੇਰੇ ਨਾਲ ਦਾਦਾ ਜੀ ਨੇ ਬੋਲਿਆ ਇੱਕ ਵਾਰ ਕਹਿੰਦੇ ਜੋ ਤੂੰ ਲਿਖਦਾ ਨਾ ਤੇਰੇ ਅਲਫਾਜ਼ ਬਹੁਤ ਅਲੱਗ ਹੁੰਦੇ ਆ ਤੇ ਮੈਂ ਪਹਿਲੀ ਵਾਰ ਵਰਡ ਸੁਣਿਆ ਸੀ ਅਲਫਾਜ਼ ਓਕੇ ਫਿਰ ਮੈਂ ਗੂਗਲ ਕੀਤਾ ਕਿਸੇ ਦਾ ਨਾਂ ਨਹੀਂ ਸੀਗਾ ਸੋ ਆਈ ਵਾਸ ਦ ਫਰਸਟ ਪਰਸਨ ਜਿਹਦਾ ਨਾਂ ਅਲਫਾਜ਼ ਤੇ ਅਲਫਾਜ਼ ਨਾਮ ਨਾਲ ਕਦੀ ਕੋਈ ਕੰਟਰੋਵਰਸੀ ਹੋਈ ਹੋਵੇ ਤੁਹਾਨੂੰ ਯਾਦ ਹੋਵੇ ਲੋਕੀ ਜਿਵੇਂ ਅਲਫਾਜ਼ ਨਾਮ ਕਾਮਨ ਨਹੀਂ ਸੀਗਾ ਹਾਂਜੀ ਸੋ ਜਿਵੇਂ ਪਹਿਲਾਂ ਵੀ ਦੱਸਿਆ ਕਿ ਮੈਂ ਅਲਫਾਜ਼ ਪਹਿਲਾਂ ਹੀ ਬੰਦਾ ਸੀ ਜਿਹਦਾ ਨਾਮ ਅਲਫਾਜ਼ ਹੈ ਹਾਂਜੀ ਹਾਂਜੀ ਤੇ ਕੋਈ ਫੁਕਰੀ ਨਹੀਂ ਮੈਂ ਐਕਚੁਅਲੀ ਆਪ ਗੂਗਲ ਕਰਕੇ ਦੇਖਿਆ ਸੀਗਾ ਕਿ ਜਦੋਂ ਮੈਂ ਵੀ ਨਾਮ ਰੱਖਣਾ ਸੀ ਅਲਫਾਜ਼ ਤੇ ਫਿਰ ਜਦੋਂ ਮੈਂ ਅਰਬੀ ਕੰਟਰੀ ਜਾਂਦੇ ਸੀ ਤਾਂ ਲੋਕੀ ਮੈਨੂੰ ਸਮਝਦੇ ਸੀ ਮੈਂ ਮੁਸਲਿਮ ਹੈ ਮੁਹੰਮਦਨ ਹੈ ਹਾਂਜੀ ਤੇ ਜਦੋਂ ਵੀ ਕਹਿੰਦੇ ਅਲਫਾਜ਼ ਭਾਈ ਆਇਆ ਤਾਂ ਕਹਿੰਦੇ ਸੀ ਵਾਲੇਕੁਮ ਅਸਲਾਮ ਤਾਂ ਅੱਗੋਂ ਹੁਣ ਮੈਨੂੰ ਐਕਚੁਅਲੀ ਮੈਨੂੰ ਪ੍ਰੋਨਾਂਸ ਨਹੀਂ ਕਰਨਾ ਸੀ ਕਿ ਅੱਗੋਂ ਕੀ ਕਹਿੰਦੇ ਗ੍ਰੀਟ ਕਿਵੇਂ ਕਰਦੇ ਹਾਂਜੀ ਸੋ ਮੈਂ ਇੱਦਾਂ ਐਗਜ਼ੀ ਸਹਿਸ ਹੋਇਆ ਕਹਿ ਦੇਣਾ ਵੀ ਸਤਿ ਸ਼੍ਰੀ ਅਕਾਲ ਜੀ ਫਿਰ ਉਹਨਾਂ ਨੂੰ ਪਤਾ ਲੱਗਣਾ ਕਿ ਅੱਛਾ ਇਹ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਸੋ ਫਿਰ ਉਹਨੇ ਪੁੱਛਣਾ ਹਾਂਜੀ ਤੇ ਇਹਨੂੰ ਕਿੰਨਾ ਟਾਈਮ ਲੱਗਣਾ ਹੁਣ ਅੱਛਾ ਇਹ ਭੁੱਲ ਗਏ ਆਪਾਂ ਉਹ ਵੀ ਬੈਠਾ ਜਾ ਉਹ ਵੀ ਵੇਟ ਕਰ ਰਹੇ ਨੇ ਕਿੰਨੀ ਦੇਰ ਦੇ ਹੁਣ ਇਧਰੋਂ ਕਰਨਾ ਪੈਣਾ ਹਾਂਜੀ ਆ ਕਲਿੱਪਰ ਲਈ ਸਰ ਇਹ ਮੈਂ ਤਾਂ ਕਰ ਰਿਹਾ ਕੱਲ ਨੂੰ ਸਿੰਗਿੰਗ ਵਾਲੀ ਆਪਣੀ ਗਾਇਕੀ ਖਰਾਬ ਹੋ ਗਈ ਨਾ ਮੈਂ ਜਿਸ ਤਰ੍ਹਾਂ ਨਹੀਂ ਮੈਂ ਉਹ ਵੀ ਕਰਾਉਣੀ ਸੀ ਬਟ ਹੁਣ ਚਲੋ ਲੈਟਸ ਸੀ ਕੀ ਹੁੰਦਾ ਹੈ ਇਹਦੇ ਨਾਲ ਤੇ ਹੁਣ ਤੱਕ ਲਈ ਕਿੰਨੇ ਹੇਅਰ ਕੱਟ ਤੁਸੀਂ ਕਰ ਚੁੱਕੇ ਹੋ ਮੈਂ ਇੱਕ ਇਕਲੌਤਾ ਹੇਅਰ ਕੱਟ ਕੀਤਾ ਅਜੇ ਤੱਕ ਤੁਸੀਂ ਕਦੀ ਨਿੰਜੇ ਨੂੰ ਇੰਟਰਵਿਊ ਕਰੋਗੇ ਓਕੇ ਤਾਂ ਨਿੰਜੇ ਨੂੰ ਪੁੱਛਿਆ ਤਾਂ ਫਰਸਟ ਹੇਅਰ ਕੱਟ ਦੇ ਲੰਬੇ ਲੰਬੇ ਵਾਲਾਂ ਦੀ ਜਿਵੇਂ ਕੋਈ ਰਹਿੰਦਾ ਸੀ ਹਾਂਜੀ ਤੇ ਨਿੰਜੇ ਦਾ ਫਰਸਟ ਹੇਅਰ ਕੱਟ ਮੈਂ ਆਪ ਕੀਤਾ ਸੀ ਕੈਂਚੀ ਨਾਲ ਹਾਂਜੀ ਤੇ ਹੁਣ ਤੁਸੀਂ ਬਹੁਤ ਲੱਕੀ ਹੋ ਗਏ ਜੈਜ਼ ਹੈ ਸੈਕਿੰਡ ਹੇਅਰ ਕੱਟ ਤੁਹਾਡੇ ਨਾਲ ਹੋ ਰਿਹਾ ਤੇ ਇਹ ਹੁਣ ਲੰਦੇ ਇਹਨਾਂ ਦਾ ਹੇਅਰ ਕੱਟ ਤੇ ਆਲਮੋਸਟ ਡਨ ਹੈ ਨਾ ਅਲਫਾਜ਼ ਹਾਂਜੀ ਇਹ ਸੌਖਾ ਹੇਅਰ ਕੱਟ ਹੈ ਵੈਸੇ ਜੇ ਟਾਈਮ ਹੁੰਦਾ ਫਿਰ ਮੈਂ ਪ੍ਰੋਪਰ ਹੇਅਰ ਕੱਟ ਕਰਨਾ ਸੀ ਹਾਂਜੀ ਕੋਈ ਨਹੀਂ ਅਸੀਂ ਤਾਂ ਬਸ ਇੱਕ ਡੈਮੋ ਹੀ ਲੈਣਾ ਸੀ ਕਿ ਹਾਂ ਠੀਕ ਹੈ ਡੈਮੋ ਤਾਂ ਇਹਨੂੰ ਪੁੱਛੋ ਜਰਾ ਜਿਹੜਾ ਸੀ ਹੋ ਰਿਹਾ ਨਹੀਂ ਕੋਈ ਸੀ ਨਹੀਂ ਯਾ ਸਾਨੂੰ ਆਪਣੇ ਤੋਂ ਜ਼ਿਆਦਾ ਭਾਈ ਦੇਸ ਵਰਗਾ ਨਹੀਂ ਨਹੀਂ ਵਧੀਆ ਹੋਇਆ ਵਧੀਆ ਹੋਇਆ ਸਹੀ ਹੈ ਵਧੀਆ ਲੱਗ ਰਿਹਾ ਤੇ ਅਲਫਾਜ਼ ਤੁਸੀਂ ਅੱਜ ਤੱਕ ਬਹੁਤ ਸਾਰੇ ਗਾਣੇ ਲਿਖੇ ਆ ਨਾ ਹਾਂਜੀ ਤੁਹਾਡਾ ਫੇਵਰੇਟ ਪਰਸਨਲ ਫੇਵਰੇਟ ਕਿਹੜਾ Song ਹੈ ਫੇਵਰੇਟ Song ਹੈ ਜੀ ਮੇਰਾ ਸਰਗੀ ਦਾ ਵੇਲਾ ਅਮਰਿੰਦਰ ਗਿੱਲ ਜੀ ਨੇ ਗਾਇਆ ਸੀਗਾ ਹਾਂਜੀ ਤੇ ਅਮਰਿੰਦਰ ਗਿੱਲ ਜੀ ਵੀ ਮੇਰੇ ਆਲ ਟਾਈਮ ਫੇਵਰੇਟ ਹੈ ਹਾਂਜੀ ਮਤਲਬ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਹਾਂਜੀ ਮੇਰਾ ਗਾਣਾ ਗਾ ਰਹੇ ਆ ਵੀ ਸ਼ੁਰੂ ਤੋਂ ਹੀ ਉਹਨਾਂ ਨੂੰ ਚੁੰਮਦੇ ਆਏ ਆ ਤੇ ਇੱਕ ਵਾਰੀ ਸੁਣਾ ਦਿਓ ਪਲੀਜ਼ ਥੋੜਾ ਲੰਬਾ ਗਾਣਾ ਸੁਣਾ ਦਾਂ ਨਹੀਂ ਨਹੀਂ ਜਿੰਨਾ ਮਰਜ਼ੀ ਗਾਓ ਅਸੀਂ ਤਾਂ ਸੁਣਦੇ ਆ ਤੁਹਾਨੂੰ ਉਹ ਸਰਗੀ ਦਾ ਵੇਲਾ ਉਹ ਜੁੰਮੇ ਦੀ ਸਵੇਰ ਸੀ ਉਹਦੇ ਉੱਠਣ 'ਚ ਹੱਲੇ ਥੋੜ੍ਹੀ ਦੇਰ ਸੀ ਕੱਚੀ ਨਿੰਦ ਰਹੀ ਅੰਮੀ ਨੇ ਜਗਾ ਲਿਆ ਕੋਠੇ ਤੋਂ ਹਾਕ ਮਾਰ ਹੇਠਾਂ ਸੀ ਬੁਲਾ ਲਿਆ ਭੋਲੇ ਭੋਲੇ ਨੰਗੇ ਪੈਰੀ ਉੱਤਰੀ ਸੀ ਪੌੜੀਆਂ ਅੰਮੀ ਦੀਆਂ ਗੱਲਾਂ ਉਹਨੂੰ ਲੱਗੀਆਂ ਸੀ ਕੌੜੀਆਂ ਪੁਰਸਦੇ ਹੀ ਉਹਨੂੰ ਬਾਪੂ ਨੇ ਮਨਾ ਲਿਆ ਵੱਡੇ ਵੀਰੇ ਨੇ ਸਿਗਾਲੇ ਨਾਲੇ ਲਾ ਲਿਆ ਊਠਾਂ ਵਾਲੇ ਆਏ ਲੈਣ ਨੂੰ ਤੂੰ ਵਿਆਹ ਦੇ ਛੋਟੀ ਭੈਣ ਨੂੰ ਹੋਏ ਅੰਮੀ ਮੈਂ ਨਹੀਂ ਉਹ ਜਾਣਾ ਹੋਏ ਅੰਮੀ ਮੈਂ ਨਹੀਂ ਉਹ ਜਾਣਾ ਵੈਰੀ ਨਾਈਸ ਇਹ Song ਬਹੁਤ ਪਿਆਰਾ ਅਲਫਾਜ਼ ਲਾਈਕ ਮੈਨੂੰ ਪਰਸਨਲੀ ਬਹੁਤ ਪਸੰਦ ਹੈ ਥੈਂਕ ਯੂ ਸੋ ਮਚ ਜੀ ਤੇ ਜਦੋਂ ਵੀ ਤੁਸੀਂ ਲਿਖਣ ਬੈਠਦੇ ਹੋ ਕੀ ਸੋਚਦੇ ਹੋ ਲਾਈਕ ਤੁਹਾਡੀ ਕਲਮ ਨੂੰ ਕੀ ਲਿਖਣਾ ਸਭ ਤੋਂ ਜ਼ਿਆਦਾ ਪਸੰਦ ਹੈ ਐਵਰੀਥਿੰਗ ਜੀ ਮੈਂ ਸਾਰੇ ਜਰਨਲਿਸਟ ਟਰਾਈ ਕਰਦਾ ਮੈਂ ਜਦੋਂ ਹੁਣ ਵੀ ਜਿਵੇਂ ਨਵੇਂ ਮਿਊਜ਼ਿਕ ਪ੍ਰੋਡਿਊਸਰਸ ਨਾਲ ਮਿਲਦਾ ਜਾਂ ਹਾਂਜੀ ਬੈਠੇ ਹੁੰਦੇ ਆ ਆਲਵੇਸ ਟਰਾਈ ਕਿ ਉਹਨਾਂ ਕੋਲ ਕੀ ਹੈ ਹਨਾ ਉਹ ਨਵਾਂ ਕੀ ਪ੍ਰੋਡਿਊਸ ਕਰ ਰਿਹਾ ਤੇ ਮੈਂ ਉਹ ਤੇ ਨਵਾਂ ਕੀ ਲਿਖ ਸਕਦਾ ਹਾਂਜੀ ਸੋ ਆਲਵੇਸ ਐਕਸਪੈਰੀਮੈਂਟ ਕਰਦਾ ਰਹਿੰਦਾ ਓਕੇ ਅਲਫਾਜ਼ ਤੁਸੀਂ ਕਿਹਾ ਸੀ ਕਿ ਤੁਸੀਂ ਵੈਸੇ ਸਪੋਇਲ ਬ੍ਰੈਡ ਹੋ ਤੇ ਇਸ ਬ੍ਰੈਡ 'ਚ ਕਿੰਨੇ ਚੇਂਜਸ ਆਏ ਹੁਣ ਤੱਕ ਚੇਂਜਸ ਬਹੁਤ ਆ ਗਏ ਜੀ ਹੁਣ ਤਾਂ ਮੈਂ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਹੋ ਗਿਆ ਹਾਂਜੀ ਮਤਲਬ ਸਪੋਇਲਡ ਬ੍ਰੈਡ ਮੈਂ ਉਦਾਂ ਹੀ ਕਹਿ ਤਾ ਸੀਗਾ ਬਟ ਆਈ ਵਾਸ ਨਾਟ ਦੈਟ ਮਚ ਸਪੋਇਲਡ ਓਕੇ ਥੋੜਾ ਬਹੁਤਾ ਸੀਗਾ ਕਾਲਜ ਵਰੇ ਕੀ ਹੁੰਦਾ ਕਿਉਂਕਿ ਮੇਰੇ ਡੈਡ ਹੀ ਵਾਸ ਅ ਪੀਸੀਐਸ ਆਫੀਸਰ ਓਕੇ ਤੇ
ਫਿਰ ਉਦੋਂ ਕਾਲਜ ਨਾਲ ਪੂਰੀ ਫੁਕਰੀਆਂ ਮਾਰਦੇ ਸੀ ਗਾਣੇ ਸੁਣਦੇ ਸੀ ਹਾਂਜੀ ਸੁਧਰ ਗਿਆ ਬਹੁਤ ਜ਼ਿਆਦਾ ਹਾਂ ਗੇੜੀਆਂ ਵੇੜੀਆਂ ਹੁਣ ਵੀ ਚੱਲ ਰਹੀਆਂ ਕਿ ਘੱਟ ਹੋ ਗਈਆਂ ਬਹੁਤ ਗੇੜੀਆਂ ਮਾਰਦੇ ਜੀ ਗੇੜੀਆਂ ਤੋਂ ਬਿਨਾਂ ਫਿਰ ਸਰਵਾਈਵਲ ਨਹੀਂ ਹੈ ਗਾਣੇ ਕਿੱਥੋਂ ਇਨਸਪੀਰੇਸ਼ਨ ਕਿੱਥੋਂ ਮਿਲੂ ਹਾਂਜੀ ਤੇ ਹੁਣ ਜਿਹੜੇ ਕੁਐਸਚਨਸ ਮੈਂ ਪੁੱਛਣ ਲੱਗੀ ਆ ਉਹਨਾਂ ਦਾ ਆਨਸਰ ਤੁਸੀਂ ਵਨ ਵਰਡ ਚ ਦੇਣਾ ਹਾਂਜੀ ਮੈਂ ਤੁਹਾਡੇ ਕੁਐਸਚਨ ਤੋਂ ਪਹਿਲਾਂ ਇੱਕ ਵਾਰ ਦੱਸਦਾ ਮੈਂ ਐਨਕਾਂ ਕੋਲ ਲਾਈਆਂ ਕਿਉਂਕਿ ਮੇਰੇ ਬਹੁਤ ਡਾਰਕ ਸਰਕਲ ਹੋਏ ਆ ਪ੍ਰੋਪਰ ਨੀਂਦ ਨਹੀਂ ਮਿਲਦੀ ਤੇ ਇਸ ਕਰਕੇ ਮੈਂ ਐਨਕਾਂ ਲਾਈਆਂ ਪਲੀਜ਼ ਮੈਨੂੰ ਫੁਕਰਾ ਨਾ ਸਮਝਿਓ ਨਹੀਂ ਨਹੀਂ ਇਟਸ ਓਕੇ ਇਟਸ ਆਲ ਡਨ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਸੋਹਣੇ ਲੱਗ ਰਹੇ ਹੋ ਯੋ ਯੋ ਹਨੀ ਸਿੰਘ ਵਨ ਵਰਡ ਯੋ ਯੋ ਹਨੀ ਸਿੰਘ ਬ੍ਰਦਰਸ ਫਾਰ ਲਾਈਫ ਸਤਿੰਦਰ ਸਰਤਾਜ ਆਈਡੀਅਲ ਅਮਰਿੰਦਰ ਗਿੱਲ I always wanted to be Amrinder Gill and mainu nahi pata ki onu kehnde ki hai lovers ki kehnde hai but I always wanted to be Amrinder Gill okay alfaz as a dost kehnda banda alfaz as a host mehman nawazi wala main bilkul hi formal host nahi hai ji main bilkul jidda da main hai gaya udda hi hai matlab jo aap khai da ruk sukhi hoyi sab nu khwali di hai okay nice alfaz as a singer fair singer very poor ਖੁਸ਼ੀ ਹੁੰਦੀ ਹੈ ਇੱਕ ਜਨਰ ਫੜ ਕੇ ਨਹੀਂ ਲਿਖਦਾ ਆਈ ਟ੍ਰਾਈ ਟੂ ਐਕਸਪੈਰੀਮੈਂਟ ਚੱਲੇ ਨਾ ਚੱਲੇ ਆਡੀਅੰਸ ਦੀ ਬਾਤ ਦੀ ਗੱਲ ਹੈ ਬਟ ਮੈਂ ਟ੍ਰਾਈ ਕਰਦਾ ਕਿ ਉਸ ਨਵਾਂ ਹਮੇਸ਼ਾ ਲਿਖਿਆ ਜਾਵੇ ਹਾਂਜੀ ਅਲਫਾਜ਼ ਐਜ਼ ਅ ਡਾਇਰੈਕਟਰ ਡਾਇਰੈਕਟਰ ਹਜੇ ਤਾਂ ਨਹੀਂ ਜੀ ਹਜੇ ਤਾਂ ਬਹੁਤ ਮਤਲਬ ਉਮਰ ਬਹੁਤ ਛੋਟੀ ਹੈ ਡਾਇਰੈਕਟਰ ਲਈ ਮੈਨੂੰ ਲੱਗਦਾ ਬਹੁਤ ਤਜਰਬਾ ਚਾਹੀਦਾ ਤੁਹਾਨੂੰ ਲਾਈਫ ਐਕਸਪੀਰੀਅੰਸ ਚਾਹੀਦਾ ਤੇ ਬਹੁਤ ਟੈਕਨੀਕਲੀ ਸਾਊਂਡ ਹੋ ਕੇ ਮੈਂ ਡਾਇਰੈਕਸ਼ਨ ਜਾਣਾ ਚਾਹੁੰਦਾ ਉਦਾਂ ਮੈਂ ਸਟੋਰੀਜ਼ ਲਿਖ ਰੱਖੀਆਂ ਜੀ ਕਾਫੀ ਓਕੇ ਅਲਫਾਜ਼ ਐਜ਼ ਅ ਲਵਰ ਵੈਰੀ ਗੁੱਡ ਅਲਫਾਜ਼ ਗਾਣੇ ਤੋਂ ਮੇਰੇ ਖਿਆਲ ਆਡੀਅੰਸ ਨੂੰ ਪਤਾ ਹੋਊਗਾ ਹਾਂਜੀ ਰਿਲੇਸ਼ਨਸ਼ਿਪ ਸਟੇਟਸ ਸਿੰਗਲ ਨਹੀਂ ਸਿੰਗਲਸ ਆਰ ਆਲਵੇਸ ਸਿੰਗਲ ਨਹੀਂ ਇਹ ਗੱਲ ਤਾਂ ਬਿਲਕੁਲ ਝੂਠ ਹੈ ਉਹਦੇ ਹਰ ਕਿਟ ਰਹਿ ਗਏ ਵਿਚਾਰੋ ਬੱਟਾ ਨਹੀਂ ਇਹ ਗੱਲ ਝੂਠ ਹੈ ਦੱਸਣਾ ਪੈਣਾ ਤੁਹਾਨੂੰ ਵੈਸੇ ਇੰਨਾ ਮਾੜਾ ਮੋਟੀ ਆਉਂਦਾ ਬਾਈ ਭੁਲੇਖਾ ਨਾ ਖਾ ਜਾਓ ਕਿ ਮੈਂ ਬਹੁਤ ਘੈਂਟ ਹੇਅਰ ਸਟਾਈਲ ਜਾਂ ਕੁਛ ਕਰਦਾ ਇੰਨਾ ਨਹੀਂ ਆਉਂਦਾ ਮੈਨੂੰ ਮਾੜਾ ਮੋਟਾ ਕਰੀਦਾ ਨਹੀਂ ਨਹੀਂ ਇਹਨਾਂ ਦੀ ਲੁੱਕ ਕਰੀਦਾ ਤੇ ਬਾਕੀ ਇਸ ਪੇ ਬਾਈ ਨੇ ਮੈਨੂੰ 25000 ਰੁਪਏ ਦਿੱਤੇ ਕਿ ਬਾਈ ਮੈਂ ਕੀ ਕਿਹਾ ਨਹੀਂ ਲਾਈਕ ਇਹਨਾਂ ਦੀ ਲੁੱਕ ਚੇਂਜ ਹੋ ਗਈ ਹੈ ਹੁਣ ਇਹ ਠੀਕ ਲੱਗ ਰਹੇ ਰਿਲੇਸ਼ਨਸ਼ਿਪ ਸਟੇਟਸ ਬਾਰੇ ਤੁਸੀਂ ਦੱਸਿਆ ਨਹੀਂ ਸਿੰਗਲ ਜੀ ਸਿੰਗਰਸ ਆਰ ਆਲਵੇਸ ਸਿੰਗਰ ਮੈਂ ਹਮੇਸ਼ਾ ਕਿਹਾ ਕੋਈ ਤੁਸੀਂ ਕੋਈ ਸੈਲੀਬ੍ਰਿਟੀ ਕਦੀ ਮੰਨਿਆ ਟੀਵੀ ਤੇ ਹੁਣ ਰਣਬੀਰ ਕਪੂਰ ਤੇ ਆਲਿਆ ਦਾ ਕੁਝ ਆਈ ਗੈਸ ਚੱਲ ਰਿਹਾ ਹਨਾ ਉਹ ਵੀ ਕੋਈ ਡਾਇਰੈਕਟਲੀ ਤਾਂ ਨਹੀਂ ਬੋਲਦੇ ਬਟ ਮੈਨੂੰ ਇੱਕ ਨਿਊਜ਼ ਮਿਲੀ ਸੀ ਕਿ ਤੁਹਾਡੀ ਇੰਗੇਜਮੈਂਟ ਹੋਣ ਵਾਲੀ ਹੈ ਤੇ ਉਹਦੇ ਨਾਲ ਤਾਂ ਤੁਸੀਂ ਮਤਲਬ ਅਕੋਰਡਿੰਗ ਉਹਦੇ ਇੰਗੇਜਮੈਂਟ ਹੋ ਗਈ ਹੈ ਮੇਰੀ ਫੋਟੋਆਂ ਲੀਕ ਹੋਣਗੀਆਂ ਪਤਾ ਲੱਗ ਜਾਊਗਾ ਜੀ ਤਾਂ ਫਿਰ ਤੁਸੀਂ ਸਿੰਗਲ ਨਹੀਂ ਹੋਏ ਨਾ ਇੱਕ ਐਕਚੁਅਲੀ ਮੇਰਾ ਪਹਿਲਾਂ ਸੀਨ ਹੋਇਆ ਸੀਗਾ ਜੀ ਮੂਵੀ ਦੇ ਅੰਦਰ ਇਸ਼ਕ ਗੁਰਾਂਡੀ ਚ ਜਪਜੀ ਖੈਰਾ ਜੀ ਨਾਲ ਮੇਰਾ ਕੋਈ ਸੀਨ ਸੀ ਮੂਵੀ ਦਾ ਹਾਂਜੀ ਤੇ ਉਹਦੀ ਉਹ ਜਿਹੜੀ ਪਿਕਚਰਸ ਨਾ ਲੀ ਮੇਰੇ ਕਜ਼ਨਸ ਨੇ ਐਵੇਂ ਫੋਟੋ ਖਿੱਚ ਕੇ ਰੀਅਲ ਰਿਲੇਟਿਵਸ ਨੂੰ ਭੇਜ ਦੇ ਕੈਨੇਡਾ ਗੁੰਡਾ ਕਿ ਅਲਫਾਜ਼ ਭਾਈ ਦੀ ਇੰਗੇਜਮੈਂਟ ਹੋ ਗਈ ਹਾਂਜੀ ਉਹ ਐਕਚੁਅਲੀ ਫਿਲਮ ਦਾ ਸੀਨ ਸੀਗਾ ਫਿਰ ਉਦੋਂ ਲੋਕਾਂ ਨੂੰ ਬਹੁਤ ਲੱਗਿਆ ਕਿ ਮੇਰੀ ਇੰਗੇਜਮੈਂਟ ਹੋ ਗਈ ਓਕੇ ਇੱਕ ਸਿੰਗਰ ਜਿਹਦੀ ਆਵਾਜ਼ ਤੁਹਾਨੂੰ ਸਕੂਨ ਦਿੰਦੀ ਆ ਰਾਹਤ ਫਤਿਹ ਅਲੀ ਖਾਨ ਇੱਕ ਰਾਈਟਰ ਯੂ ਫੀਲ ਮੈਂ ਇਹਦੇ ਗਾਣੇ ਗਾਣੇ ਆ ਇੱਕ ਰਾਈਟਰ ਨਹੀਂ ਹੈ ਵੈਸੇ ਕਾਫੀ ਰਾਈਟਰਸ ਹੈ ਹਾਂਜੀ ਪ੍ਰਾਇੋਰਟੀ ਤੇ ਹੈਪੀ ਰਾਏ ਗੋਟੀ ਇਸ ਮਾਈ ਵੈਰੀ ਗੁੱਡ ਫਰੈਂਡ ਤੇ ਬਹੁਤ ਜੈਨੂਅਲੀ ਬਹੁਤ ਵਧੀਆ ਲਿਖਦਾ ਭਾਈ ਹਾਂਜੀ ਤੇ ਸ਼ਿਵਕੁਮਾਰ ਬਟਾਲਵੀ ਸਾਹਿਬ ਉਹਨਾਂ ਦਾ ਕੋਈ ਵੀ ਗਾਣਾ ਹਾਂਜੀ ਦੈਨ ਇੱਕ ਸਾਦਿਕ ਸਾਹਿਬ ਹੈ ਹਾਂਜੀ ਪਾਕਿਸਤਾਨ ਤੋਂ ਉਹਨਾਂ ਦਾ ਓਕੇ ਓਕੇ ਇੱਕ ਮੂਵੀ ਜਿਹੜੀ ਤੁਸੀਂ 100 ਵਾਰ ਦੇਖ ਸਕਦੇ ਹੋ ਕੈਰੀ ਔਨ ਜੱਟਾ 1 ਐਂਡ ਮੁਹੱਬਤ ਹੈ ਮੂਵੀ ਓਕੇ ਇੱਕ Song ਜਿਹਨੂੰ ਤੁਸੀਂ ਰਿਪੀਟ ਮੋਡ ਤੇ ਸੁਣ ਸਕਦੇ ਹੋ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਦੈਟਸ ਮਾਈ ਫੇਵਰਿਟ Song ਮੈਨੂੰ ਇੰਨਾ ਵਧੀਆ ਗਾਉਣਾ ਨਹੀਂ ਆਉਂਦਾ ਹੰਸਾ ਜੀ ਨੇ ਬਹੁਤ ਸੋਹਣਾ ਗਾਇਆ ਹਾਂਜੀ ਤੇ ਪਰ ਮੇਰਾ ਫੇਵਰਿਟ ਗਾਣਾ ਮੈਂ ਪਤਾ ਨਹੀਂ ਕਿਉਂ ਮੈਂ ਗੁਣਗਣਾਉਣਾ ਚਾਹੁੰਦਾ ਹੁੰਦੇ ਨਹੀਂ ਵੈਰੀ ਨਾਈਸ Song ਐਂਡ ਐਕਟਰ ਯੂ ਵਿਸ਼ ਟੂ ਵਰਕ ਵਿਦ ਅਕਸ਼ੇ ਕੁਮਾਰ ਓਕੇ ਉਹ ਮੇਰੇ ਫੇਵਰਿਟ ਹੈ ਜੀ ਮੇਰੀ ਐਕਚੁਅਲੀ ਡ੍ਰੀਮ ਹੈ ਕਿ ਮੈਂ ਉਹਨਾਂ ਨਾਲ ਕੰਮ ਕਰਾਂ ਗਾਣਾ ਲਿਖਾਂ ਉਹਨਾਂ ਲਈ ਕਾਫੀ ਗਾਣੇ ਲਿਖੇ ਵੀ ਹੋਏ ਹਾਂਜੀ ਤੇ ਇਨਸ਼ਾਅੱਲਾ ਵਧੀਆ ਆਉਣਗੇ ਛੇਤੀ ਓਕੇ ਐਂਡ ਐਕਟ੍ਰੈਸ ਉਮਾ ਕ੍ਰਿਸ਼ੀ ਮੇਰੇ ਫੇਵਰਿਟ ਐਕਟ੍ਰੈਸ ਹੈ ਓਕੇ ਫੇਵਰਿਟ ਫੂਡ ਕੀ ਹੈ ਰਾਜਮਾ ਚਾਵਲ ਫੇਵਰਿਟ ਡਰਿੰਕ ਫ੍ਰੈਸ਼ ਲਾਈਮ ਵਾਟਰ ਓਕੇ ਚੂਜ਼ 1 ਅਲਫਾਜ਼ ਹੂ ਇਜ਼ ਅਲਫਾਜ਼ ਰਾਈਟਰ ਸਿੰਗਰ ਔਰ ਐਕਟਰ ਰਾਈਟਰ ਓਕੇ ਇੰਡਸਟਰੀ ਚ ਓਨਲੀ ਕੀ ਇੰਪੋਰਟੈਂਟ ਹੈ ਲਿੰਕਸ ਔਰ ਟੈਲੈਂਟ ਟੈਲੈਂਟ ਐਨੀ ਡੇ ਟੈਲੈਂਟ ਓਕੇ ਅਲਫਾਜ਼ ਹੁਣ ਮੈਂ ਤੁਹਾਨੂੰ ਇੱਕ ਟਾਸਕ ਦੇ ਰਹੀ ਹਾਂ ਤੁਸੀਂ ਮੇਰੇ ਤੇ 4 ਲਾਈਨਸ ਬਣਾਉਣੀਆਂ ਹੁਣੇ ਤੇ ਗਾਣੀਆਂ ਹੁਣੇ ਯਾ ਤੁਹਾਨੂੰ 30 ਸੈਕਿੰਡ ਦੇ ਰਹੀ ਹਾਂ ਨਹੀਂ ਪਤਾ ਕਿ ਪਹਿਲਾਂ ਹੀ ਕੋਈ ਪੁਰਾਣਾ ਗਾਣਾ ਲਿਖਿਆ ਹੋਣਾ ਮੌਕੇ ਤੇ ਤਾਂ ਕੋਈ ਗੱਲ ਬਣਨੀ ਨਹੀਂ ਬਟ ਮੈਂ ਜਨਰਲੀ ਸੁਣਾ ਦਿੰਦਾ ਓਕੇ ਓ ਹੈਲੋ ਗੱਲ ਸੁਣੋ ਸੋਹਣਿਆ ਓ ਤੁਹਾਡੀ ਅੱਖੀਆਂ 'ਚ ਫਾਇਰ
ਉਹ ਜੇ ਲੱਗੇ ਝੂਠ ਬੋਲਾਂ ਮੈਂ ਉਹ ਮੈਨੂੰ ਆਖਦੇ ਹੋ ਲਾਇਰ ਪਰ ਸੁਣ ਕੇ ਜਾਇਓ ਗੱਲ ਕਰਾਂ ਮੈਂ ਸੋਹਣੇ ਮੁੱਖ ਦੀ ਵੇਖ ਵੇਖ ਜਾਂਦੀ ਆ ਨਵਜ਼ ਰੁਕਦੀ ਗੱਭਰੂ ਕੁਆਰਿਆਂ ਦੇ ਦਿਲਾਂ ਦੀ ਡਿਜ਼ਾਇਰ ਉਹ ਹੈਲੋ ਗੱਲ ਸੁਣੋ ਸੋਹਣਿਆ ਤੁਹਾਡੀ ਅੱਖੀਆਂ 'ਚ ਫਾਇਰ ਵੈਰੀ ਨਾਈਸ ਥੈਂਕ ਯੂ ਸੋ ਮੱਚ ਅਤੇ ਮੈਂ ਇਹ ਗਾਣਾ ਸੁਣ ਕੇ ਬਲੈਸ਼ ਕਰ ਰਹੀ ਹਾਂ ਥੈਂਕ ਯੂ ਸੋ ਮੱਚ ਬਟ ਮੈਂ ਰੀਅਲ ਲਾਈਫ ਜੋ ਮੇਰੇ ਗਾਣੇ ਆ ਮੈਂ ਉਹਨਾਂ ਤੋਂ ਕਾਫੀ ਅਲੱਗ ਆ ਕਈ ਜੇ ਇੱਦਾਂ ਦੇ ਗਾਣੇ ਲਿਖਦਾ ਨਾ ਮੈਂ ਇਹ ਸਿਰਫ ਕਮਰਸ਼ੀਅਲੀ ਆਡੀਅੰਸ ਨੂੰ ਦੇਖ ਕੇ ਇੱਦਾਂ ਮੈਂ ਕੁੜੀਆਂ ਨੂੰ ਕਹਿੰਦਾ ਨਹੀਂ ਫਿਰਦਾ ਹੈਲੋ ਗੱਲ ਸੁਣੋ ਸੋਹਣੇ ਤੁਹਾਡੀ ਅੱਖੀਆਂ 'ਚ ਪਾਇਆ ਬਟ ਹਾਂ ਇਹ ਗਾਣੇ ਹੁੰਦੇ ਆ ਹਾਂਜੀ ਅਤੇ ਕੁਝ ਹੋਰ ਆਪਣੇ ਸਲੂਨ ਬਾਰੇ ਦੱਸਣਾ ਚਾਹੋਗੇ ਸਲੂਨ ਬਾਰੇ ਮੈਂ ਇੱਕ ਵਾਰ ਸਟਾਫ ਨਾਲ ਬੁਲਾਉਂਦਾ ਸਾਰਾ ਹਾਂਜੀ ਹਾਂਜੀ ਬਿਲਕੁਲ ਜਿਹਦੇ ਕਰਕੇ ਆ ਜਿਹੜਾ ਘੈਂਟ ਜਿਹਾ ਆਪਣੇ ਹੈਨਾ ਆਫ ਕੋਰਸ ਇੱਥੇ ਹੀ ਮੇਰੇ ਕਾਫੀ ਮੇਰੀ ਮੀਟਿੰਗਸ ਵੀ ਆਲਮੋਸਟ ਇੱਥੇ ਹੁੰਦੀਆਂ ਸਾਰੀਆਂ ਇੱਥੇ ਹੀ ਆ ਜਾਂਦੇ ਯਾ ਅਸੀਂ ਇੱਕ ਵਾਰ ਬਈ ਆ ਜਾਓਗੇ ਸਾਰੇ ਆ ਜਾਓ ਸਾਰੇ ਬੰਦੇ ਟੀਵੀ ਤੇ ਆਣ ਹੁੰਦੇ ਆ ਫਿਰਦੇ ਆ ਅਸੀਂ ਸਾਰੇ ਆ ਸਭ ਨੂੰ ਲਾ ਲਓ ਆਪਣੇ ਨੂੰ ਇੰਟਰੋਡਿਊਸ ਕਰੋ ਆਪਣੇ ਨਾਮ एवरीवन ਇਜ਼ ਹੇਅਰ ਸਾਰੇ ਇੱਥੇ ਮਾਈ ਨੇਮ ਇਜ਼ ਰਣਦੀਪ ਸਰ ਮਾਈ ਨੇਮ ਇਜ਼ ਰਣਦੀਪ ਆ ਜਾਓ ਸਾਰੇ ਫਾਈਨਲੀ ਸੁਣੇ ਚਲੋ ਹੀ ਫੀਲਸ ਲੱਕੀ ਤੇ ਹੋਰ ਕੋਈ ਕੁਝ ਕਹਿਣਾ ਚਾਹੋਗਾ ਸ਼ਰਮਾ ਗਏ ਹੋ ਇੱਕ ਗੱਲ ਮੈਂ ਜਵਾਬ ਇਹਨਾਂ ਨੂੰ ਦੇਣਾ ਚਾਹੁੰਦਾ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਮੈਂ ਬਹੁਤ ਗੁੱਸੇ ਵਾਲਾ ਜਾਂ ਮੈਂ ਘੱਟ ਬੋਲਦਾ ਇਹਨਾਂ ਸਭ ਨੂੰ ਲੱਗਦਾ ਮੈਂ ਗੁੱਸੇ ਵਾਲਾ ਨਹੀਂ ਗਾ ਮੈਂ ਵੈਸੇ ਹੀ ਘੱਟ ਬੋਲਦਾ ਮੈਂ ਸ਼ਕਲ ਹੀ ਇੱਦਾਂ ਦੀ ਹੈ ਉਹਨਾਂ ਨੇ ਮੈਨੂੰ ਕਾਫੀ ਵਾਰ ਪੁੱਛਿਆ ਸਰ ਆਪ ਗੁੱਸੇ ਮੇਂ ਰਹਤੇ ਹਮੇਸ਼ਾ ਕਿਹਨਾਂ ਨੂੰ ਲੱਗਦਾ ਵੀ ਗੁੱਸੇ ਵਾਲੇ ਅਲਫਾਜ਼ ਕਿਉਂ ਲੱਗਦੇ ਤੁਹਾਨੂੰ ਚਲੋ ਕੋਈ ਗੱਲ ਨੀ ਅਲਫਾਜ਼ ਤੁਹਾਡੇ ਨਾਲ ਮਿਲ ਕੇ ਬਹੁਤ ਮਜ਼ਾ ਆਇਆ ਤੇ ਤੁਹਾਡੇ ਸਟਾਫ ਨਾਲ ਮਿਲ ਕੇ ਬਹੁਤ ਮਜ਼ਾ ਆਇਆ ਇੰਟਾਇਰ ਬੱਲੇ ਬੱਲੇ ਟੀਮ ਨੂੰ ਥੈਂਕ ਯੂ ਸੋ ਮੱਚ ਥੈਂਕਸ ਕਰਦਾ ਕਿ ਇਹਨਾਂ ਨੇ ਫ੍ਰੀ 'ਚ ਮੇਰੇ ਸਲੂਨ ਦੀ ਪਬਲਿਸਿਟੀ ਕੀਤੀ ਹੈ ਨਹੀਂ ਤੁਸੀਂ ਘਰੇ ਹੁੰਦੇ ਨਹੀਂ ਨਾ ਮਿਲਦੇ ਨਹੀਂ ਤੇ ਮੈਂ ਸੋਚਿਆ ਮੈਂ ਇੱਥੇ ਹੀ ਆ ਜਾ ਨਹੀਂ ਥੈਂਕ ਯੂ ਸੋ ਮੱਚ ਨਹੀਂ ਵੈਸੇ ਹੀ ਤੇ ਵਧੀਆ ਲੱਗਿਆ ਬਟ ਇਦਾਂ ਦੀ ਇੰਟਰਵਿਊ ਪਹਿਲੀ ਵਾਰ ਡਿਫਰੈਂਟ ਕੀਤੀ ਹੈ ਹਾਂਜੀ ਨਹੀਂ ਤਾਂ ਉਦਾਂ ਨੋਰਮਲੀ ਉਹ ਸੋਫੇ ਤੇ ਬੈਠ ਕੇ ਕਰਦੇ ਆ ਆਪਾਂ ਸੋ ਬਿਗ ਅਪ ਫॉर ਬੱਲੇ ਬੱਲੇ ਚੈਨਲ ਯਾ ਥੈਂਕ ਯੂ ਸੋ ਮੱਚ ਅਲਫਾਜ਼ ਤੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ